ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਅਮਰਤਾ ਪਾਲ ਸੰਘਾ ਤੇ ਸਾਥੀਆਂ ਤੋਂ ਸੀਐਮ ਮਾਨ ਨੂੰ ਖਤਰਾ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਕੀਤਾ ਦਾਵਾ एनएसए ਲਾਉਣ ਪਿੱਛੇ ਦੱਸੇ ਵੱਡੇ ਵਜ੍ਹਾ ਪੰਜਾਬ ਸਰਕਾਰ ਨੇ ਕਰੀਬਾ ਡੇਢ ਸਾਲ ਤੋਂ ਡੇਰਗੜ ਜ਼ਿਲ੍ਹੇ ਦੇ ਵਿੱਚ ਬੰਦਾ ਖਡੂਰਾ ਸਾਹਿਬ ਦੇ ਸੰਸਦ ਮੈਂਬਰਾਂ ਤੇ ਖਾਲਿਸਤਾਨ ਸਮਰਥਕ ਅਮਰਤ ਪਾਲ ਸਿੰਘ ਦੇ ਸਾਥੀਆਂ ਤੇ ਮੋੜ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਐਨਐਸਏ ਲਗਾਉਣਾ ਸੰਬੰਧੀ ਅਦਾਲਤ ਵਿੱਚ ਜਵਾਬ ਦਰਜ ਕੀਤਾ ਹੈ ਐਸ ਵਿੱਚ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਮਲਜਮਾਂ ਸੁਵੇ ਦੇ ਕਾਨੂੰਨਾ ਵਿਵਸਥਾ ਦੇ ਲਈ ਗੰਭੀਰਾ ਖਤਰਾ ਹਨ ਤੇ ਉੱਤੇ ਹੀ ਸੁਵੇ ਦੇ ਮੋੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਵੀ ਖਤਰਾ ਹੈ। ਇਸ ਗੱਲ ਨੂੰ ਮਜ਼ਬੂਤੀ ਦੇ ਨਾਲ ਪੇਸ਼ ਕਰਨ ਦੇ ਲਈ ਪੁਲਿਸ ਵੱਲੋਂ ਕਾਝਾ ਵੀਡੀਓ ਕਲਿੱਪਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ ਤੇ ਜਿਸ ਵਿੱਚ ਦੋਸ਼ੀ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਪੰਜਾਬ ਦੇ ਮੋੱਖ ਮੰਤਰੀ ਦਾ ਵੀ ਉਹੀ ਹਾਲ ਹੋਵੇਗਾ ਜੋ ਕਿ ਸਾਬਕਾ ਸੀਐਮਾ ਬਿਆਨਤ ਸੰਗ ਦਾ ਹੋਇਆ ਸੀ। ਇਸ ਮਾਮਲੇ ਦੇ ਅਗਲੇ ਸੁਣਵਾਈ 3 ਅਕਤੂਬਰ ਨੂੰ ਤੈਅ ਕੀਤੀ ਜਾਵੇਗੀ ਇਸ ਦਰਾਨ ਕੇਂਦਰ ਅਤੇ ਪੰਜਾਬ ਸਰਕਾਰ ਅੰਮ੍ਰਿਤ ਪਾਲ ਸੰਗਤ ਤੇ ਐਨਐਸਐਲ ਲਗਾਉਣ ਸਬੰਧੀ ਸਾਰਾ ਰਿਕਾਰਡ ਅਦਾਲਤ ਵਿੱਚ ਪੇਸ਼ ਕਰੇਗੀ ਪੰਜਾਬ ਸਰਕਾਰ ਔਰਤਾਂ ਦੇ ਪੂਰੇ ਕਰਨ ਜਾ ਰਹੀ ਹੈ ਇਹ ਵੱਡੀ ਮੰਗ ਸਵੇ ਪਰਦਨਾ ਕਮਕਾਜੀ ਔਰਤਾਂ ਦੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਪੰਜਾਬ ਸਰਕਾਰ ਮੋਹੱਲੇ ਦੇ ਵਿੱਚ ਆਧੁਨਿਕ ਕਮਕਾਜੀ ਔਰਤਾਂ ਦੇ ਹੋਸਟਲ ਦੇ ਸਾਰੇ ਸ਼ੁਰੂ ਕਰਨ ਜਾ ਰਹੀ ਹੈ ਐਸ ਸਬੰਧੀ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਸ ਪ੍ਰਾਲ ਦੇ ਨਾਲ ਰੁਜ਼ਗਾਰ ਦੇ ਮੌਕਿਆਂ ਦੀ ਭਾਲ ਦੇ ਮਹੱਲੀਆ ਤੇ ਚੰਡੀਗੜ੍ਹ ਆਉਣ ਵਾਲੀਆਂ ਔਰਤਾਂ ਨੂੰ ਸਸਤੀ ਅਤੇ ਸੁਰੱਖਿਆ ਤਰਹਾਇਸ਼ ਮੁਹੱਈਆ ਕਰਵਾਈ ਜਾਵੇਗੀ ਉਨ੍ਹਾਂ ਦੱਸਿਆ ਕਿ ਇਹ ਹੋਸਟਲ ਮਹਾਲੀ ਦੇ ਸੈਕਟਰ 79 ਬੇਚ ਅਸਤਾਥਾ 0.98 ਏਕੜਾ ਪਲਾਟ ਦੇ ਵਿੱਚ ਬਣਾਇਆ ਜਾਵੇਗਾ ਪੰਜਾਬ ਦੇ ਸਮਾਜਿਕ ਸੁਰੱਖਿਆ ਸਤਰੀ ਅਤੇ ਬਾਲ ਵਿਕਾਸ ਵਿਭਾਗ ਨੂੰ ਨਰਬਿਆ ਪਾਂਡਾ ਤਹਿਤ 12 ਕਰੋੜ ਰੁਪਏ ਮਿਲੇ ਹਨ ਇਸ ਪ੍ਰਸਤਾਵ ਨੂੰ ਸਕੀਮ ਦੇ ਤਹਿਤ ਗਾਠਾਤਾ ਅਧਿਕਾਰਤ ਕਮੇਟੀ ਦਵਲ ਪਹਿਲੇ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱ ਘੰਟਾ ਵਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋਮਵਾਰ ਨੂੰ ਛੁੱਟੀ ਦਾ ਐਲਾਨ ਸਰਕਾਰੀ ਦਫ਼ਤਰਾਂ ਸਣੇ ਸਕੂਲਾਂ ਕਾਲਜ ਰਹਿਣਗੇ ਬੰਦ। ਸਿਹਾਰ ਸੀਜ਼ਨਾਂ ਹੋਣ ਦੇ ਕਰਕੇ ਸਤੰਬਰ ਮਹੀਨੇ ਦੇ ਵਿੱਚ ਕਈ ਛੁੱਟੀਆਂ ਆਈਆਂ ਹਨ ਹੁਣ 23 ਸਤੰਬਰ ਯਾਨੀ ਕਿ ਅੱਜ ਸੋਮਵਾਰ ਨੂੰ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਡਿਪਟੀ ਕਮਿਸ਼ਨਰ ਕਮਾ ਜ਼ਿਲ੍ਹਾ ਮੈਜਿਸਟ੍ਰੇਟ ਆਫ ਫਰੀਦਕੋਟ ਬਨੀਤਾ ਕੁਮਾਰ ਦੇ ਬਲਬਾਬਾ ਸੇਖ ਫਰੀਦ ਜੀ ਦੇ ਆਗਮਨ ਪੁਰਬ 2024 ਦੇ ਮੌਕੇ ਤੇ 23 ਸਤੰਬਰ ਨੂੰ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸਮੂਹ ਸਰਕਾਰੀ ਦਫ਼ਤਰਾਂ ਤੇ ਸਿੱਖਿਆ ਸੰਸਥਾਵਾਂ ਦੇ ਵਿੱਚ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਜਲਦੀ ਚੋਣਾਂ ਦੀ ਮਿਤੀ ਦਾ ਨੋਟੀਫਿਕੇਸ਼ਨ ਵੀ ਕੀਤਾ ਜਾਵੇਗਾ ਜਾਰੀ ਤਾਂ ਉਸ ਤੋਂ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਚੋਣ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ 16 ਅਕਤੂਬਰ ਤੋਂ ਲੈ ਕੇ 1 ਉਹ ਅਕਤੂਬਰ ਤੱਕ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਹੋ ਜਾਣੀਆਂ ਚਾਹੀਦੀਆਂ ਹਨ ਜਲਦੀ ਚੋਣਾਂ ਦੀ ਮਿਤੀ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇਗਾ ਅੱਜ ਪੰਜਾਬ ਕੈਬਨਿਟ ਦੇ ਵਿੱਚ ਹੋਵੇਗਾ ਵੱਡਾ ਫਿਰ ਬਦਲਾ ਕੁੱਝ ਮੰਤਰੀਆਂ ਦੀ ਹੋਏਗੀ ਛੁੱਟਿਆ ਤੇ ਕਈ ਨਵੇਂ ਚਿਹਰਿਆਂ ਨੂੰ ਕੀਤਾ ਜਾਏਗਾ ਸ਼ਾਮਲ ਤਾਂ ਦੋਸਤੋ ਵੱਡੀ ਖਬਰ ਆ ਚੁੱਕਿਆ ਪੰਜਾਬ ਕੈਬਨਿਟ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਫਿਰ ਬਦਲਾ ਹੋਣ ਜਾ ਰਿਹਾ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਕੈਬਨਿਟ ਦੇ ਵਿੱਚੋਂ 4 ਮੰਤਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ ਜਦਕਿ 5 ਨਵੇਂ ਚਿਹਰਿਆਂ ਨੂੰ ਕੈਬਨਿਟ ਦੇ ਵਿੱਚ ਥਾਂ ਦਿੱਤੀ ਜਾਏਗੀ ਦੱਸਿਆ ਜਾ ਰਿਹਾ ਕਿ ਇਹਨਾਂ 95 ਚਿਹਰਿਆਂ ਨੂੰ ਸੋਮਵਾਰ ਨੂੰ ਅੱਜ ਸੌਂਚ ਚਕਾਈ ਜਾਵੇਗੀ ਚਾਰ ਕੈਬਨਟ ਵਜ਼ੀਰਾਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਗਿਆ ਆਮ ਆਰਮੀ ਪਾਰਟੀ ਦੇ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਚਾਰ ਕੈਬਨਟ ਵਜ਼ੀਰਾਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਹੈ ਜਦੋਂ ਕਿ ਕੈਬਨਟ ਦੇ ਵਿੱਚ 5 ਨਵੇਂ ਮੰਤਰੀ ਸ਼ਾਮਲ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਟ ਨੇ ਨਵੇਂ ਵਜ਼ੀਰਾਂ ਨੂੰ ਸੋਮਵਾਰ ਨੂੰ ਰਾਜ ਪਬੰਦ ਵਿੱਚ ਸੌਂਚ ਚਕਾਈ ਜਾਵੇਗੀ ਇਨ੍ਹਾਂ ਚਿਹਰਾਂ ਨੂੰ ਕੀਤਾ ਜਾਏਗਾ ਸ਼ਾਮਲ ਸੂਤਰਾਂ ਦੇ ਮੁਤਾਬਕ ਚੇਤਨ ਸੰਘਾ ਜੋੜਾ ਮਾਜਰਾ ਬ੍ਰਹਮ ਸ਼ੰਕਰ ਜਿੰਪਾ ਬਲਕਾਰ ਸੰਘਾ ਤੇ ਅਨਮੋਲਾ ਗਗਨ ਮਾਨ ਤੋਂ ਇਲਾਵਾ ਸਰਹੱਦੀ ਖੇਤੇ ਦੇ ਇੱਕ ਹੋਰ ਹੈ ਵਜ਼ੀਰ ਦੀ ਕੈਬਨਟ ਦੇ ਵਿੱਚ ਸ਼ਾਂਤੀ ਹੋ ਸਕਦੀ ਹੈ ਦੂਜੇ ਪਾਸੇ ਬਰਿੰਦਰ ਕੁਮਾਰ ਗੋਇਲਾ ਡਾਕਟਰ ਰਵੀਜੋਤ ਤਰਨਜੀਤ ਸਿੰਘ ਸੌਂ ਦਾ ਮਹਿੰਦਰ ਭਗਤ ਅਤੇ ਹਰਦੀਪ ਸੰਘਾ ਮੁੰਡੀਆਂ ਤੋਂ ਇਲਾਵਾ ਇੱਕ ਹੋਰ ਨਵੇਂ ਬਣ ਚਿਹਰੇ ਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਆਵਾਸ ਜੋ ਇਹਨਾਂ ਦੇ ਬਦਲੇ ਨਜਮਾ ਹੋਣਾ ਇਹਨਾਂ ਲੋਕਾਂ ਨੂੰ ਵੀ ਮਿਲਣਗੇ ਮਕਾਨ ਹੁਣ ਸਰਪ 90 ਦਿਨਾਂ ਦੇ ਅੰਦਰ ਪ੍ਰਧਾਨ ਮੰਤਰੀ ਗ੍ਰਾਮੀਣ ਅਤੇ ਸ਼ਹਿਰੀ ਆਵਾਸ ਜੋਇਨਾ ਤਹਿਤ ਹਰ ਗਰੀਬ ਵਿਅਕਤੀ ਨੂੰ ਸਰਕਾਰ ਦੇ ਵੱਲੋਂ ਆਪਣਾ ਘਰ ਦਿੱਤਾ ਜਾਵੇਗਾ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਜੋਇਨਾ 2.0 ਲਾਗੂ ਕਰ ਦਿੱਤੀ ਹੈ ਹੁਣ ਇਸ ਸਕੀਮ ਦੇ ਲਈ ਯੋਗ ਵਿਅਕਤੀਆਂ ਦੀ ਸੂਚੀ ਜਲਦੀ ਤਿਆਰ ਕੀਤੀ ਜਾਵੇਗੀ 15000 ਰੁਪਏ ਕਮਾਉਣ ਵਾਲੇ ਵੀ ਪ੍ਰਧਾਨ ਮੰਤਰੀ ਆਵਾਸ ਸਦੇ ਹੁਣਗੇ ਯੋਗ ਆ ਸਰਕਾਰ ਨੇ ਹੁਣ ਪ੍ਰਧਾਨ ਮੰਤਰੀ ਆਵਾਸ ਗ੍ਰਾਮੀਣ ਅਤੇ ਸ਼ਹਿਰੀ ਜੋ ਇਹਨਾਂ ਦੇ ਲਾਭਪਾਤਰੀਆਂ ਦੇ ਚੋਣ ਦੇ ਲਈ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ 15000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲੇ ਜਾਂ ਦੁਪਈਆ ਵਹਣ ਜਾਂ ਫ੍ਰਿਜ ਰੱਖਣ ਵਾਲੇ ਲੋਕ ਵੀ ਪ੍ਰਧਾਨ ਮੰਤਰੀ ਆਵਾਸ ਜੋ ਇਹਨਾਂ ਦੇ ਲਈ ਯੋਗ ਆ ਹੋਣਗੇ ਪੰਡ ਪਦਾਰਥ ਤੇ ਸਰਵੇਖਣ ਕਰਕੇ ਖੁੱਲੀਆਂ ਮੀਟਿੰਗਾਂ ਦੇ ਵਿੱਚ ਲਾਪਾਤਰੀਆਂ ਦੀ ਚੋਣ ਕੀਤੀ ਜਾਵੇਗੀ ਸਰਕਾਰ ਨੇ ਇਹਨਾਂ ਨਿਯਮਾਂ ਨੂੰ ਜਨਤਕ ਕਰਨ ਤੇ ਵੀ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਆਬਾਸ ਜੋਇਨਾ 2.0 ਨੂੰ ਬਹੁਤ ਪਾਰਦਰਸ਼ੀ ਬਣਾਇਆ ਜਾਵੇਗਾ ਹੁਣ ਦੇਸ਼ ਭਰ ਦੇ ਵਿੱਚ ਨਹੀਂ ਵਿਕਣ ਗੰਗਾ ਡੀਜਲਾਕਾਰਾਂ ਕੀ ਹੈ ਵੱਡਾ ਕਾਰਨ ਤਾਂ ਦੋਸਤੋ ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਵਾਧੇਵਾਦਿਆ ਤੇ ਬਨਾਂ ਦੇ ਵਿੱਚ ਵਾਧੇ ਦੇ ਨਾਲ ਹਵਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣ ਗਿਆ ਤੇ ਹੱਦ ਦੇ ਮੱਦੇ ਨਜ਼ਰ ਊਰਜਾ ਤਬਦੀਲੀ ਸਲਾਹਕਾਰ ਕਮੇਟੀ ਨੇ 2027 ਤੱਕ ਸਾਰੇ ਡੀਜ਼ਲ ਵਾਹਨਾਂ ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ ਐਸਾ ਪਾਬੰਦੀ ਦਾ ਮੌਕਾ ਆਦੇਸ ਅਦੇਸ ਪਰ ਦੇ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤੇ ਸ਼ਾਹਿਤ ਕਰਨਾ ਹੈ ਕਿਹੜੇ ਸ਼ਹਿਰਾਂ ਵਿੱਚ ਇਹ ਪਾਬੰਦੀ ਲਾਗੂ ਹੋਵੇਗੀ ਸਰਕਾਰ ਦੇ ਇਹ ਤਜਵੀਜ਼ ਸਰਪ ਉਨਾ ਸ਼ਹਿਰਾਂ ਵਿੱਚ ਲਾਗੂ ਹੋਵੇਗੀ ਜਿੱਥੇ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਉੱਚਾ ਹੈ ਅਤੇ ਆਬਾਦੀ 10 ਲੱਖ ਤੋਂ ਵੱਧ ਹੈ ਤਿਸ ਦੇ ਨਾਲ ਹੀ 10 ਸਾਲ ਤੋਂ ਪੁਰਾਣੇ ਡੀਜ਼ਲ ਆਵਾਹਨਾਂ ਨੂੰ ਵੀ ਇਸ ਪਾਬੰਦੀ ਦੇ ਦਾਇਰੇ ਵਿੱਚ ਲਿਆਉਣ ਤੇ ਵਿਚਾਰ ਕੀਤਾ ਜਾ ਰਿਹਾ ਤੇ ਇਹ ਪਾਬੰਦੀ ਪੈਟਰੋਲ ਤੇ ਚੱਲਣ ਵਾਲੇ ਕੋਝਾ ਬਾਹਨਾਂ ਤੇ ਵੀ ਲਾਗੂ ਹੋ ਸਕਦੀ ਹੈ ਸਾਲ ਦੇ ਵਿੱਚ ਦੋ ਵਾਰ ਮੁਫਤ ਸਿਲੰਡਰ ਬਜ਼ੁਰਗ ਔਰਤਾਂ ਨੂੰ 18000 ਸਾਲਾਨਾ 500 ਯੂਨਟ ਮੁਫਤ ਬਿਜਲੀ ਸਰਕਾਰ ਦਾ ਐਲਾਨ ਜੰਮੂ ਕਸ਼ਮੀਰ ਦੀਆਂ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਐਲਾਨ ਕੀਤਾ ਇੱਕ ਚੋਣਾ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਮੁਸਲਮਾਨ ਤਿਹਾਰਾਂ ਤੇ ਮੁਫਤ ਗੈਸ ਸਿਲੰਡਰ ਦੇਣ ਦੀ ਗੱਲ ਕੀਤੀ ਸੀ ਅਮਿਤ ਸ਼ਾਹ ਮੀਟਰ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰੇ ਸਨ ਦੋ ਮਾਫਤਾ ਸਿਲੰਡਰਾ ਉਹਨਾਂ ਨੇ ਕਹਿ ਕੇ ਭਾਇ ਭਾ ਦੇ ਮਾਤਾ ਪਤਰ ਤਹਤਾ ਹਰ ਘਰ ਦੇ ਬਜ਼ੁਰਗ ਔਰਤ ਨੂੰ 18000 ਸਲਾਨਾ ਦਿੱਤੇ ਜਾਣਗੇ ਮਹਾਰਮ ਅਤੇ ਈਦ ਦੇ ਮੌਕੇ ਤੇ ਦੋ ਗੈਸ ਦਾ ਸਿਲੰਡਰਾ ਮਾਫਤਾ ਦਿੱਤੇ ਜਾਣਗੇ ਕਿ ਸਾਨਾ ਨੂੰ ਹੁਣ 6000 ਰੁਪਏ ਦੀ ਬਜਾਇ 10000 ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਖੇਤੀਬਾੜੀ ਦੇ ਬਿਜਲੀ ਬਿੱਲ ਵਿੱਚ 50 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ ਤੇ 500 ਯੂਨਟ ਤੱਕ ਮਾਫਤਾ ਬਿਜਲੀ ਮਿਲੇਗੀ ਅਗਲੀ ਖਬਰ ਆਰਬੈ ਨੇ ਬੰਦਾ ਕੀਤੀ ਛੋਟੇ ਨੋਟਾਂ ਦੇ ਸਿਪਾਈ ਬਾਜ਼ਾਰ ਦੇ ਵਿੱਚ ਉਹ ਗਾਇਬ ਹੋ ਰਹੇ ਹਨ 10 20 ਅਤੇ 50 ਰੁਪਏ ਦੇ ਨੋਟਾ ਕਾਂਗਰਸ ਨੇ ਵਿੱਤ ਮੰਤਰੀ ਨੂੰ ਲਿਖਿਆ ਪੱਤਰ ਭਾਰਤੀ ਬਾਜ਼ਾਰਾਂ ਤੋਂ ਛੋਟੇ ਨੋਟਾ ਲਗਾਤਾਰ ਗਾਇਬ ਹੋ ਰਹੇ ਹਨ 10 20 ਅਤੇ 50 ਰੁਪਏ ਦੇ ਨੋਟਾਂ ਦੀ ਕਮੀ ਦੇ ਕਾਰਨ ਸ਼ਹਿਰੀ ਹੀ ਨਹੀਂ ਸਗੋਂ ਪਿੰਡੂ ਲੋਕਾਂ ਨੂੰ ਵੀ ਮਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਗਰੀਬ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ ਤੇ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਾ ਮਾ ਟੈਗੋਰ ਨੇ ਕੇਂਦਰੀ ਵਿੱਤ ਮੰਤਰੀ ਨਰਮਲਾ ਸਿਤਰਮ ਨੂੰ ਲਿਖ ਕੇ ਪੱਤਰ ਦੇ ਵਿੱਚ ਇਹ ਗੱਲ ਕਹੀ ਹੈ ਟੈਗੋਰ ਨੇ ਵਿੱਤ ਮੰਤਰੀ ਨੂੰ ਲਿਖਿਆ ਆਪਣੇ ਪੱਤਰ ਦੇ ਵਿੱਚ ਆ ਕਿਹਾ ਹੈ ਕਿ ਕਈ ਰਿਪੋਰਟਾਂ ਸਾਹਮਣੇ ਆਇਆ ਹਨ ਕਿ ਕੇਂਦਰੀ ਰਿਜ਼ਰਵ ਕੇਂਦਰੀ ਬੈਂਕ ਦਾ ਰਿਜ਼ਰਵ ਬੈਂਕ ਆਫ ਇੰਡੀਆ ਆਰਬੀਆਈ ਨੇ ਛੋਟੇ نوٹਾਂ ਦੇ ਛਪਾਈ ਬੰਦ ਕਰ ਦਿੱਤੀ ਹੈ ਤੇ ਇਸ ਦੇ ਪਿੱਛੇ ਦਾ ਕਾਰਨ ਯੂਪੀਆਈ ਅਤੇ ਨਗਦ ਦੀ ਰਹਿਤ ਲੈਣ ਦੇਣ ਨੂੰ ਉਤੇਇ ਸਾਹਿਤ ਕਾਰਨ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਕਹਿ ਕੇ ਸਰਕਾਰ ਦੇ ਲਈ ਡਿਜੀਟਲ ਲੈਣ-ਦੇਣ ਨੂੰ ਉਤੇ ਸ਼ਾਹਿਤ ਕਰਨਾ ਸਮਝਵੈ ਚਾਹੁੰਦਾ ਪਰ ਛੋਟੇ ਨੋਟਾਂ ਦੀ ਪਾਬੰਦੀ ਲਗਾਉਣਾ ਬਿਲਕੁਲ ਵੀ ਸਹੀ ਗੱਲ ਨਹੀਂ ਹੈ ਇਸ ਕਾਰਨ ਹਰ ਰੋਜ਼ਾਂ ਨੋਟਾਂ ਦੇ ਰਹਿ ਛੋਟੀ ਮੋਟੀ ਅਦਾਇਗੀ ਕਰਨ ਵਾਲੇ ਲੋਕ ਆ ਪ੍ਰਭਾਵਿਤ ਹੋ ਰਹੇ ਹਨ ਤੇ ਡਿਜੀਟਲ ਲੈਣ-ਦੇਣ ਨਾ ਕਰਨ ਵਾਲੇ ਜਾਂ ਪਿੰਡੂ ਲੋਕਾਂ ਨੂੰ ਇਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿੱਤ ਮੰਤਰੀ ਤੋਂ ਕੀਤੀਆਂ ਮੰਗਾਂ ਕਾਂਗਰਸ ਯਾਗੂ ਨੇ ਵਿੱਤ ਮੰਤਰੀ ਤੋਂ ਮੰਗ ਕੀਤਾ ਕਿ ਉਹ RBI ਨੂੰ ਸ਼ੂਟੇ ਨੋਟਾਂ ਦੇ ਸਿਪਾਈ ਮੋੜਾ ਸ਼ੁਰੂ ਕਰਨ ਦੇ ਲਈ ਨਿਰਦੇਸ਼ ਦੇਣ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਨੋਟਾਂ ਦੇ ਸਪਲਾਈ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਕਾਫੀ ਹੋਵੇ ਅਸ ਦੇ ਨਾਲ ਹੀ ਮਣੀ ਕਮ ਨੇ ਪਿੰਡਾਂ ਦੇ ਵਿੱਚ ਡਿਜੀਟਲ ਪੇਮੈਂਟ ਦੇ ਵਿਨਿਆਦੀ ਢਾਂਚੇ ਤੇ ਜ਼ੋਰ ਆ ਦੇਣ ਦੀ ਗੱਲ ਵੀ ਕਹੀ ਕਾਂਗਰਸ ਯਾਗੂ ਨੇ ਅੱਗੇ ਕਹਿ ਕੇ ਦਿਹਾੜੀਦਾਰ ਮਜ਼ਦੂਰਾ ਤੇ ਰੇੜੀ ਫੜੀ ਵਾਲੇ ਖਾਲੀ ਨਗਦੀ ਤੇ ਨਰ ਪਰਹੰਤ ਜਿਸ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਚਾਇਤੀ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਦਾ ਇੱਕ ਵੱਡਾ ਫੈਸਲਾ ਕਿਸਾਨਾਂ ਨੂੰ ਪਾਇਆ ਚੱਕਰਾਂ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਤੇ ਜਿਸ ਦੇ ਨਾਲ ਸੁਭੇਰ ਵਿੱਚ ਇੱਕ ਨਵਾਂ ਵੱਡਾ ਸਿਆਸੀ ਵਿਵਾਦ ਦਾ ਖੜਾ ਹੋ ਸਕਦਾ ਹੈ ਦਰਸਲਾ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਦੇ ਵਿੱਚ ਲਾਲ ਐਂਟਰੀਆਂ ਦਰਜ ਕੀਤੀਆਂ ਜਾਣਗੀਆਂ ਜਿਸ ਦੇ ਨਤੀਜੇ ਦੇ ਵਜੋਂ ਉਹਨਾਂ ਦੇ ਹਥਿਆਰਾਂ ਦੇ ਨਵੇਂ ਲਾਇਸੈਂਸ ਨਹੀਂ ਬਣਾਏ ਜਾਣਗੇ ਤੇ ਨਾ ਹੀ ਪੁਰਾਣੇ ਨਵਿਆਏ ਜਾਣਗੇ ਹਥਿਆਰਾਂ ਦੇ ਲਾਇਸੈਂਸ ਸਾਨੂੰ ਪਿੰਡਾਂ ਦੇ ਵਿੱਚ ਬੰਕਾਰ ਦਾ ਸਭਾਲ ਮੰਨਿਆ ਜਾਂਦਾ ਹੈ